ਫੀਮੇਲ ਫੈਨਸ ਵੀ ਜਦੋਂ ਤੁਹਾਨੂੰ ਮਿਲਦੀਆਂ ਹਨਾ ਤਾਂ ਉਹਨਾਂ ਦਾ ਪਹਿਲਾ ਰਿਐਕਸ਼ਨ ਕੀ ਹੁੰਦਾ ਕਿ ਕਿਹੜੀ ਚੀਜ਼ ਪਸੰਦ ਕਰਦੀਆਂ ਨੇ ਤੁਹਾਡੇ 'ਚੋਂ? ਬਹੁਤ ਵਾਰ ਤਾਂ ਇੱਦਾਂ ਇੱਦਾਂ ਹੀ ਕਰਦੀ ਹਾਂ, ਇਹ ਮੈਨੂੰ ਬਹੁਤ ਦੇਖਣ ਨੂੰ ਮਿਲਦਾ ਤੇ ਛੋਟੀਆਂ ਬੱਚੀਆਂ ਮੈਨੂੰ ਬਹੁਤ ਮੈਨੂੰ ਬੜਾ ਹੀ ਖੁਸ਼ੀ ਹੁੰਦੀ ਆ ਕਈ ਵਾਰੀ ਛੋਟੀਆਂ ਜਿਹੀਆਂ ਬੱਚੀਆਂ ਮੁਝੇ ਆਪਕੇ ਸਾਥ ਮੈਰਿਜ ਕਰਨੀ ਹੈ ਜਵਾਕ ਜਵਾਕੜੀਆਂ ਮੈਨੂੰ ਇੰਨੀਆਂ ਕਿਊਟ ਕਿਊਟ ਬੱਚਿਆਂ ਦਾ ਮੈਨੂੰ ਇੰਨਾ ਪਿਆਰ ਮਿਲਦਾ ਨਾ ਫੋਨ ਮਾਰਦੀ ਗਾਣਾ ਬੱਚਿਆਂ ਨੇ ਬਹੁਤ ਸੁਣਿਆ ਮੈਨੂੰ ਖੁਸ਼ੀ ਹੁੰਦੀ ਆ ਤੇ ਮੈਨੂੰ ਸਮਾਈਲ ਤੇ ਮੇਰੇ ਖਿਆਲ ਮੇਰੇ ਦੋ ਕੈਨਾਈਨਸ ਮੇਰੇ ਵੱਡੇ ਆ ਥੋੜੇ ਜਿਹੇ ਤੇ ਇਹਦੇ ਤੇ ਮੈਨੂੰ ਇਹ ਬਣੀ ਟੀਥਸ ਨੂੰ ਪਸੰਦ ਕਰਦੀਆਂ ਨੇ ਜੀ। ਅੱਛਾ ਜੇ ਮੈਂ ਕਹਾਂ ਕਿ ਕੁੜੀਆਂ ਤੁਹਾਡੀ ਸਮਾਈਲ ਦੀਆਂ ਫੈਨ ਨੇ ਹਨਾ ਤੇ ਫਿਰ ਗੁਰਨਾਮ ਭੁੱਲਰ ਕਿਹਨਾਂ ਦੀ ਸਮਾਈਲ ਦਾ ਫੈਨ ਹੈ? ਮੈਂ ਤੇ ਕਿਸੇ ਦਾ ਹੀ ਫੈਨ ਨਹੀਂ, ਅਜੇ ਤਾਂ ਟਰਾਈ ਕਰ ਰਹੇ ਹਾਂ ਕਿ ਕੁਛ ਅੱਗੇ ਵਧੀਆ ਕਰ ਲਾਂ। ਇਸ ਚੀਜ਼ ਦਾ ਮੈਂ ਫੈਨ ਹਾਂ, ਕੰਮ ਦਾ ਫੈਨ ਹਾਂ ਜੀ ਤੇ ਬਹੁਤ ਚੰਗੇ ਕੰਮ ਦਾ ਫੈਨ ਹਾਂ ਔਰ ਆਲਵੇਜ਼ ਰਹੂੰਗਾ। ਇਹ ਵਧੀਆ ਆਨਸਰ ਸੀ ਨਾ, ਡਿਪਲੋਮੈਟਿਕ ਆਨਸਰ ਜੀ। ਅੱਛਾ ਫੋਨ ਮਾਰਦੀ ਸੁਣਾ ਦਿਓ ਫਿਰ। ਓਡੀਆਂ ਨਾ ਪੈਂਦੇ ਨੀ ਟੋਚਣ ਜਾਣੇ ਫੋੜਦੇ, ਚੱਕਦੇ ਨੀ ਰੈੱਡ ਬੁੱਲ ਗਿੱਜੇ ਪਹਿਲੇ ਤੋੜਦੇ, ਨਾ ਚੇਲੇ ਚੁੱਲੇ ਛੇੜੀਏ ਖੁੰਡਾਂ ਨੂੰ ਹੀ ਦੇੜੀਏ, ਜੱਟਕਾ ਦਾ ਨਿਰਾਏ ਕਰੰਸੀ ਵਾਰਦੀ ਘੁੰਮਦੀ ਆ ਗੇਮ ਬੇਬੀ ਇੱਕ ਬੋਲ ਤੇ, ਅੜਦੀ ਦਿਸੀ ਤਾਂ ਗੱਲ ਫੋਨ ਮਾਰਦੀ ਫੋਨ ਮਾਰਦੀ ਫੋਨ ਮਾਰਦੀ। ਜਦੋਂ ਮਤਲਬ ਫੋਨ ਮਾਰਦੀ ਗਾਣਾ ਤੁਸੀਂ ਗਾਇਆ ਹੈ ਨਾ, ਉਹਦੇ ਵਿੱਚ ਕਿ ਜਿੱਦਾਂ ਤੁਸੀਂ ਕਿਹਾ ਕਿ ਜੇ ਕਦੇ ਵੀ ਕੋਈ ਪ੍ਰੋਬਲਮ ਹੋਵੇ ਫੋਨ ਮਾਰਦੀ ਹੈ ਨਾ, ਹਾਂਜੀ, ਕਦੇ ਇੱਦਾਂ ਹੋਇਆ ਕਿ ਤੁਸੀਂ ਜਿਹੜੇ ਤੁਹਾਡੇ ਫਰੈਂਡਸ ਆ ਹਨਾ ਜਿੱਦਾਂ ਤੁਸੀਂ ਕਿਹਨੂੰ ਯਾਦ ਕਰਦੇ ਹੋ ਜਦੋਂ ਤੁਸੀਂ ਪ੍ਰੋਬਲਮ ਦੇ ਵਿੱਚ ਹੁੰਦੇ ਹੋ ਜਾਂ ਕੋਈ ਗੱਲ ਲੜ ਗਈ ਦਿਮਾਗ ਦੇ ਵਿੱਚ ਤਾਂ ਤੁਸੀਂ ਕਿਹਨੂੰ ਫੋਨ ਕਰਦੇ ਹੋ ਫਿਰ? ਮੇਰਾ ਇੱਕ ਬਹੁਤ ਕਲੋਜ਼ ਫਰੈਂਡ ਆ, ਫਰੈਂਡ ਨਹੀਂ ਆ ਫਰੈਂਡ ਤਾਂ ਬਹੁਤ ਆ, ਪਰ ਕੋਈ ਬੰਦਾ ਜਿੱਦਾਂ ਮੈਨੂੰ ਪ੍ਰੋਬਲਮ 'ਚ ਜਿੱਦਾਂ ਮਤਲਬ ਗੈਰੀ ਅਵਾਂਦਰ ਵੀਰਾ ਜਸਵਿੰਦਰ ਆ ਦੋ ਜਣੇ ਆ ਕਿ ਜਦੋਂ ਮੈਂ ਸੱਚੀ ਮੁੱਚੀ ਪ੍ਰੋਬਲਮ 'ਚ ਆ ਤਾਂ ਫਿਰ ਮੈਂ ਇਹਨਾਂ ਨੂੰ ਯਾਦ ਕਰਦਾ। ਮੈਨੂੰ ਲੱਗਦਾ ਹੁੰਦਾ ਕਿ ਸਪੋਰਟਿਵ ਬਹੁਤ ਆ, ਦੋਸਤ ਬਹੁਤ ਆ, ਹੋ ਸਕਦਾ ਇਸ ਤੋਂ ਵੀ ਚੰਗੇ ਕਈ ਦੋਸਤ ਹੋਣ, ਪਰ ਇਹ ਉਹ ਆ ਜਿਹੜੇ ਮੇਰੀ ਮੁਸ਼ਕਲਾਂ 'ਚ ਮੇਰੇ ਨਾਲ ਖੜਦੇ ਆ, ਚੰਗੇ ਟਾਈਮ 'ਤੇ ਤਾਂ ਸਾਰੇ ਖੜ ਜਾਂਦੇ ਆ। ਇਹ ਦੋ ਬੰਦੇ ਆ ਜਸਵਿੰਦਰ ਅਤੇ ਗੈਰੀ ਜਿਹੜੇ ਮਾੜੇ ਟਾਈਮ 'ਚ ਖੜਦੇ ਨਾਲ, ਰਾਤੀ 2 ਵਜੇ ਵੀ ਫੋਨ ਕਰਦੇ ਆ ਕਿ ਮੈਨੂੰ ਇਸ ਚੀਜ਼ ਦੀ ਲੋੜ ਆ, ਜਿੱਥੇ ਮਰਜ਼ੀ ਹੋਣ ਪਹੁੰਚਦੇ ਆ। ਕੋਈ ਅਜੀ ਇਹ ਘਟਨਾ ਹੋਵੇ ਯਾਦ ਤੁਹਾਨੂੰ ਕਿ ਇਸ ਟਾਈਮ 'ਤੇ ਉਹ ਮੇਰੇ ਨਾਲ ਖੜੇ ਸੀ? ਬੜੀ ਵਾਰੀ ਹੁੰਦਾ ਜਦੋਂ ਕਾਲਜ ਟਾਈਮ ਸੀ, ਬੜੀ ਵਾਰੀ ਬਾਈਕ ਦਾ ਪੈਟਰੋਲ ਉਹਨੇ ਕੁ ਪੈਸੇ ਹੁੰਦੇ ਸੀ, ਉਹ ਤੇਲ ਵੀ ਪਾਉਣਾ ਉਹਦੇ 'ਚੋਂ, ਕੰਟੀਨ ਦਾ ਖਰਚਾ ਵੀ ਚੱਲਣਾ, ਫਿਰ ਕੱਪੜੇ ਵੀ ਹੁੰਦਾ ਸੀ ਵੀ ਚੱਲ ਲੈ ਲਈਏ ਨਵੀਂ ਸ਼ਰਟ, ਜੀ ਕਰਦਾ ਸੀ ਮਹੀਨੇ ਕੁ ਬਾਅਦ। ਫਿਰ ਬੜੀ ਵਾਰੀ ਇੱਦਾਂ ਹੁੰਦਾ ਕਿ ਤੁਹਾਡੇ ਬਾਈਕ ਦਾ ਪੈਟਰੋਲ, ਮਤਲਬ ਕਾਲਜ ਟਾਈਮ 'ਚ ਮੈਨੂੰ ਲੱਗਦਾ ਕਿ ਦੋ ਚੀਜ਼ਾਂ ਦੀ ਮਾਰ ਸਟੂਡੈਂਟ ਨੂੰ ਬਹੁਤ ਜ਼ਿਆਦਾ ਪੈਂਦੀ ਆ, ਇੱਕ ਤਾਂ ਜਦੋਂ ਤੁਹਾਨੂੰ ਪੁਲਿਸ ਰੋਕਦੀ ਆ ਨਾਕੇ 'ਤੇ ਅਤੇ ਉਹ ਫਿਰ ਤੁਹਾਨੂੰ ਮਤਲਬ 50-100 ਰੁਪਇਆ ਦੇਣਾ, ਉਦੋਂ ਅਤੇ ਉਦੋਂ ਜਦੋਂ ਜੇਬ 'ਚ ਤਾਂ ਪੈਸੇ 50 ਰੁਪਏ ਹੁੰਦੇ, ਉਹ ਵੀ ਹੁੰਦਾ ਯਾਰ ਇਹਨੇ ਲੈ ਜਾਣੇ ਆ, ਘਰਦਿਆਂ ਦਾ ਵੀ ਡਰ ਹੁੰਦਾ ਨਾ ਜੇ ਕਿਤੇ ਬਾਈਕ ਉੱਥੇ ਪਹੁੰਚ ਗਿਆ ਤਾਂ ਘਰਦੇ ਕਹਿਣਗੇ। ਇੱਕ ਬਾਈਕ ਦਾ ਪੈਟਰੋਲ ਬਹੁਤ ਮੁੱਕਦਾ ਹੈ ਨਾ, ਉਨਾ ਕੁ ਬਜਟ ਹੁੰਦਾ ਬੰਦਾ ਫਿਰ ਪਾਉਂਦਾ ਨਹੀਂ, ਸ਼ਾਇਦ ਕੱਢ ਜੂਗਾ ਪਹੁੰਚ ਜੂਗਾ ਘਰੇ। ਬਹੁਤ ਯਾਦਾਂ ਇਹੋ ਜਿਹੀਆਂ, ਮੈਂ ਫੋਨ ਕੀਤਾ ਯਾਰ, ਅੱਛਾ ਉਹਨਾਂ ਨੂੰ ਫੋਨ ਕੀਤਾ ਤਾਂ ਉਹਨੂੰ ਅੱਗੋਂ ਹੀ ਯਾਦ, ਅੱਛਾ ਤੇਲ ਮੁੱਕ ਗਿਆ, ਪਤਾ ਹੀ ਕਿਉਂ ਯਾਦ ਕੀਤਾ।